ਤੇ ਅੱਜ ਆਪਾਂ ਯਾਰ ਹਾਥੀ ਗੋਲਾ ਬ੍ਰਾਂਡ ਦੀ ਆਪਣਾ ਆਰਟਿਸਟ ਦਾ ਨਾਮ ਆ ਜੀ ਆਸਿਫ ਖਾਨ। ਪਹਿਲਾਂ ਅਨਬਾਕਸ ਕਰਦੇ ਆ, ਖੋਲੀਏ ਨਾ। ਕਾਫੀ ਆ, ਖੰਚ ਤਾਂ ਬਹੁਤ ਆ ਹਣਾ। ਚੈੱਕ ਕਰੋ ਯਾਰ, ਆ ਕੈਂਟ ਆ। ਇਹ ਤੋਂ ਸ਼ੁਰੂ ਕਰਦੇ ਲੱਗਿਆ ਹੋਇਆ। ਲਓ ਜੀ ਖਿੱਚਾਂ ਸਿੱਧੀਆਂ। ਓਏ ਹੋਏ, ਇੱਕ ਪੰਗਾ ਪੈ ਗਿਆ ਯਾਰ ਸਾਡੀ ਨਾ ਡੋਰ ਦੇ ਉੱਤੇ, ਉਹਦੀ ਡੋਰ ਆ ਗਈ ਆ ਤੁਲਦੀ, ਵੜਤਾ ਉਹ ਗਿਆ ਯਾਰ। ਸਿੱਧੀ ਖਿੱਚੀ, ਸਿੱਧੀ ਸਿੱਧੀ ਗਈ, ਵੜਤੀ ਓਏ ਆਪਣਾ ਜਾ ਜਾਵੇ ਵਿੱਚ ਉਹ ਗਿਆ। ਚੱਲ 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 ਜੰਮੀ ਹੱਥੋਂ ਗਿਆ। ਕੀ ਹਾਲ ਨੇ ਗਾਈਸ, ਤੇ ਇੱਕ ਹੋਰ ਘੈਂਟ ਜਿਹਾ ਵਲੋਗ ਅੱਜ ਆਪਾਂ ਤੁਹਾਡੇ ਲਈ ਲੈ ਆਏ ਹਾਂ। ਕਾਈਟ ਵਲੋਗ ਹੀ ਹੈ ਇਹ ਵੀ, ਅੱਜ ਕੁਛ ਅਲੱਗ ਹੋਣ ਵਾਲਾ ਪਰੇ ਵਾਲਾ ਵਲੋਗ ਜੇ ਯਾਰ ਤੁਹਾਡੇ ਲਈ ਲੈ ਕੇ ਆਏ ਹਾਂ। ਬਿਲਕੁਲ ਬ੍ਰਾਂਡ ਨਿਊ 12-ਦਾਰੀ ਡੋਰ ਯਾਰ, ਜਿਹਨੂੰ ਜਿਹਨੂੰ ਪਤਾ ਆਪਾਂ ਇਹ ਹੌਲੀ ਹੌਲੀ ਮੈਂ ਵੱਡੇ ਪਤੰਗ ਦੀ ਜਗ੍ਹਾ ਮੈਨੂੰ ਹੀ ਵੱਢਣ ਵਾਲਾ ਹੋਇਆ ਪਿਆ। ਅਤੇ ਅੱਜ ਆਪਾਂ ਯਾਰ ਇਹ ਹਾਥੀ ਗੋਲਾ ਬ੍ਰਾਂਡ ਦੀ ਆਪਣਾ ਆਰਟਿਸਟ ਦਾ ਨਾਮ ਆ ਜੀ ਆਸਿਫ ਖਾਨ 12-ਦਾਰ ਡੋਰ ਲੈ ਕੇ ਆਏ ਹਾਂ, ਜਿਹੜੀ ਆਪਾਂ ਲਾਸਟ ਵਲੋਗ ਦੇ ਵਿੱਚ ਲੱਡੂ ਤੋਂ ਲੈ ਕੇ ਆਏ ਸੀ। ਇਹਨੇ ਚੈੱਕ ਨਹੀਂ ਕੀਤੀ ਹਲੇ ਤੱਕ, ਇਹਨੂੰ ਪਹਿਲਾਂ ਅਨਬੋਕਸ ਕਰਦੇ ਹਾਂ, ਖੋਲੀਏ ਨਾ। ਬੜੇ ਬੰਦੇ ਇਹਦਾ ਪ੍ਰਾਈਜ਼ ਪੁੱਛ ਰਹੇ ਨੇ, ਇਹਦਾ ਪ੍ਰਾਈਜ਼ ਸਾਨੂੰ 850 ਰੁਪਏ ਪਿਆ ਜੀ, 850 ਰੁਪਏ ਦੀ 6 ਰੀਲਾਂ ਅਤੇ ਇੱਧਰ 6 ਰੀਲਾਂ, ਉਹ 3 ਨੜੇ ਸੀ, 1 ਨੜੇ 'ਚ 2 ਰੀਲਾਂ ਹੁੰਦੀਆਂ ਨੇ। ਨਾ ਨਾ 3 ਨੜੇ ਸੀਗੇ, 3 ਨੜੇ ਮਤਲਬ 6 ਰੀਲਾਂ। ਚੈੱਕ ਕਰੋ ਯਾਰ ਕੀ ਆ ਡੋਰ ਆ, ਇੰਨੀ ਕੁ ਥੋੜੀ, ਪੂਰਾ ਚੜਖੜਾ ਭਰਿਆ ਹੋਇਆ। ਊ ਕਾਗਜ਼ ਆ, ਇਹ ਤਾਂ ਧਾਗਾ, ਤੂੰ ਇਹਨੂੰ ਛੱਡ, ਤੂੰ ਹੱਥ ਲਾ ਕੇ ਦੇਖ ਡੋਰ ਤੇ ਕੰਚ ਕਿੰਨਾ, ਕਾਫੀ ਆ। ਹੱਥ ਲਾਉਣ ਤੇ ਹੀ ਐਂ ਲੱਗਦਾ ਜਿਵੇਂ ਚੀਰਾ ਆਜੂ ਯਾਰ, ਲੱਗਦਾ ਨਾ ਵੀ ਚੜਾਉਂਦੇ ਸਰ ਚੀਰਾ ਆਜੂ। ਚੱਲ ਦੇਖਦੇ ਆ, ਦੇਖਦੇ ਆ ਪਤੰਗ ਨੇ ਨਾ ਸਾਰੇ ਸੱਜ ਘਰੇ ਰਹਿ ਗਏ, ਸੱਜ ਨੈਕਸਟ ਵਲੌਗ ਦੇ ਵਿੱਚ ਡਾਵਾਂਗੇ। ਆ ਦੇਖੋ ਸਾਰੇ ਆਪਣੇ ਧਿਆਨ ਨਾਲ, ਇਹਨਾਂ ਨੇ ਮਿੰਟ 'ਚ ਫਟ ਜਾਣਾ। ਅੰਬਰਸਰੀ ਡਿਜ਼ਾਈਨ ਪਏ ਨੇ ਯਾਰ, ਤੇ ਆਹ ਕੁਛ ਆਪਾਂ ਜਡਾਉਣ ਵਾਲੇ ਆ ਵਲੌਗ ਦੇ ਵਿੱਚ। ਕਮੈਂਟ ਕਰਕੇ ਨਾ ਆਪਣਾ ਫੇਵਰੇਟ ਡਿਜ਼ਾਈਨ ਕਮੈਂਟ ਕਰਿਓ। ਘੈਂਟਾ, ਇਹ ਤੋਂ ਸ਼ੁਰੂ ਕਰਦੇ ਇਹ ਤੋਂ। ਥੋੜੇ ਪਤੰਗ ਯਾਰ ਆਪਾਂ ਅਤੁਲ ਨੂੰ ਦੇਤੇ ਨੇ, ਤੇ ਆਹੀ ਵਾਲੇ ਕਾਈਟ ਫਾਈਟ ਕਰਦੇ ਆ ਯਾਰ ਆਪਸ ਦੇ ਵਿੱਚ ਅੱਜ, ਕਿਉਂਕਿ ਨਾ ਘੱਟ ਉੱਡ ਰਹੇ ਆ ਪਤੰਗ ਥੋੜੇ, ਤਾਂ ਆਪਸ ਦੇ ਵਿੱਚ ਕਾਈਟ ਫਾਈਟ ਕਰਦੇ ਆ। ਇਹਨਾਂ ਕੋਲ ਆ ਮੋਨੋਫਿਲ ਗੋਲਡ ਗੋਲਡ, ਤੇ ਆਪਣੇ ਕੋਲ ਇੱਧਰ ਯਾਰ 16-ਤਾਰ ਹੀ ਆ, 12-ਤਾਰ ਸੋਰੀ ਆ ਪਈ ਆ ਨਵੀਂ ਬਿਲਕੁਲ ਫਰੈਸ਼, ਤੇ ਅੱਜ ਆਪਾਂ ਡਾਵਾਂਗੇ ਇਹਦੇ ਨਾਲ, ਦੇਖਦੇ ਆ ਯਾਰ ਕਿਹੜੀ ਜਿੱਤਦੀ ਆ। ਐਂਡ ਤੱਕ ਬਣੇ ਰਹੋ ਯਾਰ, ਕਾਫੀ ਘੈਂਟ ਘੈਂਟ ਡਿਜ਼ਾਈਨ ਆਪਣੇ ਕੋਲ ਹਲੇ ਪਏ ਨੇ, ਚੈੱਕ ਕਰੋ ਇੱਕ ਵਾਰ ਹੈ ਨਾ, ਅਤੇ ਬਹੁਤ ਡਿਜ਼ਾਈਨ ਪਏ ਨੇ ਇਹਦੇ ਵਿੱਚ। ਸਾਰੇ ਆਉਣ ਵਾਲੇ ਵਲੋਗਸ ਦੇ ਵਿੱਚ ਆਪਾਂ ਇਹ ਸਾਰੇ ਉਡਾਵਾਂਗੇ, ਬਾਕੀ ਉੱਧਰੋਂ ਅਤੁਲ ਵੀ ਅੱਜ ਪਾਕਿਸਤਾਨੀ ਉਡਾਊਗਾ, ਪਲੱਸ ਆਪਣੀ ਇੱਧਰ ਤਲਾਵਾਂ ਪੈ ਕੇ ਰੈਡੀ ਹੋ ਰਹੀਆਂ ਨੇ, ਵੱਜਦੇ ਪੈ ਗਈਆਂ ਫਿਰ ਆਪਾਂ ਵੀ ਇਹ ਉਡਾਉਂਦੇ ਹਾਂ। ਹਵਾ ਦੇਖੋ ਯਾਰ ਅੱਜ ਕਿੰਨੀ ਜ਼ਿਆਦਾ ਚੱਲ ਰਹੀ ਆ, ਮਤਲਬ ਪਤੰਗ ਤਾਂ ਟਿੱਕ ਹੀ ਨਹੀਂ ਰਹੇ ਇੱਕ ਜਗ੍ਹਾ, ਕੱਚ ਬਹੁਤ ਆ ਨਾਲੇ। ਸੰਦੀਪ ਤੋਂ ਪੁੱਛੋ ਇੱਕ ਵਾਰ ਡੋਰ 'ਚ ਕੱਚ ਕਿੰਨਾ ਜਿਹੜਾ ਡਾ ਰਿਹਾ, ਦੱਸੀ ਬਈ। ਮੈਂ ਵੀਡੀਓ 'ਚ ਕਿਹਾ ਜਦ ਲੈ ਕੇ ਆਇਆ ਮੈਂ ਵੀਰੇ, ਇਹ ਤਾਂ ਚਾਈਨਾ ਨਾਲੋਂ ਵੀ ਤਿੱਖੀ ਆ ਯਾਰ, ਦੇਖਦੇ ਆ ਇਹ ਨਾਲ ਦੇ ਬੰਦੇ ਆਪਣੇ ਚੜਾ ਰਿਹਾ ਮੋਨੋਫਿਲ ਗੋਲਡ ਦੇ ਨਾਲ।
ਅਤੋਂ ਲੱਗਿਆ ਹੋਇਆ ਤੇ ਆਹ ਵਾਲਾ ਇਹਦਾ ਪਤੰਗ ਦੇਖਦੇ ਆ ਬਈ ਕੌਣ ਕਿਹਦਾ ਪੜਦਾ सारी दे उत्तो रख दे लग गया जान दे सर बड़े घंट ला दे पेचा बड़ी दूर तक जाऊ पंगा तो तुसी ले लिया सर लग्या होया अपना गया यार उन्होंने पतंग डिग माना वो लगे ही हो यार वो लग्या होया आप खिच ला के देखिए फिर ऐसी सैटे पतंग डाके हथों ही खिच के ले जाएंगे है ना हूँ इन्होंने चो देखते हैं यार कि डाइए एक तो आला भी सैट आ पतंग मैं लगता है ये भी खिंचा जाना पूरा ਆਹੀ ਡਾਉਨੇ ਆ ਫਿਰ ਉਹਦੇ ਆਪਾਂ ਟੇਪ ਲਾਤੀ ਸੀ ਨਾ ਸੈਲੋ ਟੇਪ ਸਾਈਡ ਤੇ ਉਹਦੇ ਕਰਕੇ ਘੁੰਮਣ ਲੱਗ ਗਿਆ ਜੀ ਉਹ ਵਾਲਾ ਉਹਦੇ ਕਰਕੇ ਵੀ ਹੋ ਸਕਦਾ ਘੁੰਮਣ ਲੱਗ ਗਿਆ ਹੋਵੇ ਉਹ ਹੈਵੀ ਜਿਹਾ ਹੋ ਗਿਆ ਸੀ ਇੱਕ ਸਾਈਡ ਤੋਂ 1-0 ਸਕੋਰ ਹੋ ਚੁੱਕਿਆ ਯਾਰ ਇੱਕ ਉਹਨਾਂ ਨੇ ਸਾਡਾ ਵੜਤਾ ਤੇ ਹੁਣ ਨੈਕਸਟ ਪਤੰਗ ਦੇਖਦੇ ਹਾਂ ਕੌਣ ਕਿਹਦਾ ਵੜਦਾ ਅਸੀਂ ਉਹਨਾਂ ਦਾ ਜਾਂ ਉਹ ਸਾਡਾ ਖਿੱਚ ਘੈਂਟ ਲੱਗੂ ਵਧਾ ਲਾ ਪਹਿਲਾਂ ਐਤਕੀ ਵਧਾ ਲਾ ਐਤਕੀ ਪਹਿਲਾਂ ਅਤੁਲ ਦਾ ਕਿੱਥੇ ਆ ਉਹ ਲਾਈ ਫਿਰਦੇ ਨੇ ਯਾਰ ਦੂਰ ਉਹ ਲਾਈ ਫਿਰਦੇ ਨੇ ਆਊਟ ਦਾ ਆਪਣਾ ਖਿੱਚਣਾ ਖਿੱਚ ਦੇ ਖਿੱਚਣਾ ਜੀ ਖਿੱਚਣਾ ਦੇਖ ਕੇ ਅੱਗੇ ਇੱਕ ਹਰਾ ਜਿਹਾ ਚੜਦਾ ਉਹਦੇ ਨਾਲ ਨਾ ਪੈ ਜੇ ਆਪਣਾ लो जी खिचा सिद्धियां ओए होए पहले ही बढ़वा लिया उन्हें पहले ही गया ही होगा एक पंगा पै गया यार साड़ी ना डोर दे उत्ते उहदी डोर आ गई अतुल दी जो ओ रहन दे अतुल तोड़ दे बढ़ता ओ गया यार डोर दे उत्ते डोर पाती यार ਅਸੀਂ ਚੜਾਇਆ ਅਤੁਲ ਨੇ ਨਾ ਉਹਦੇ ਨਾਲ ਪੇਚਾ ਲਾ ਲਿਆ ਉਹ ਦੂਰ ਹਰਾਇਆ ਚੜਦਾ ਉਹ ਤੋਂ ਪੇਚਾ ਲਾ ਕੇ ਇਹਨੇ ਬੜਵਾ ਲਿਆ ਤੇ ਸਾਡੇ ਉੱਤੇ ਦੀ ਡੋਰ ਜਾਣ ਲੱਗ ਗਈ ਕਮਲੇ ਇਹਨੇ ਖਿੱਚਤਾ ਹੋਰ ਯਾਰ ਕੋਈ ਨਹੀਂ ਇਹ ਜੇ ਆਪਣੇ ਕੋਲ ਹੋਰ ਬਹੁਤ ਪਏ ਨੇ ਤੇ ਇਹੋ ਜਿਹਾ ਸੇਮ ਹੀ ਡਾਉਂਦੇ ਆ ਬੜਾ ਘੈਂਟ ਪਤੰਗ ਸੀ ਯਾਰ ਇਹ ਤੇ ਇਹਨਾਂ ਵਿੱਚੋਂ ਦੇਖਦੇ ਆ ਆਹ ਪਏ ਨੇ ਸੇਮ ਪਤੰਗ ਨੇ ਉਹਦੇ ਨਾਲ ਦੇ ਥੋੜ੍ਹਾ ਸਾਈਜ਼ ਜੇ ਛੋਟਾ ਹੋਵੇ ਨਾ ਇਹਦਾ ਤਿੱਲਾ ਮੋਟਾ ਯਾਰ ਥੋੜ੍ਹਾ ਇਹ ਨਹੀਂ ਤਿੱਲਾ ਥੋੜ੍ਹਾ ਪਤਲਾ ਹੋ ਗਿਆ ਨਾ ਪਤੰਗ ਦਾ ਖਿੱਚ ਖਿੱਚ ਉਹਦੇ ਨਾਲ ਵਧੀਆ ਲੱਗਦੀ ਆ ਇਹ ਘੈਂਟ ਲੱਗਦਾ ਇਹ ਬੜਾ ਘੈਂਟ ਆ ਯਾਰ ਆਹ ਡਾਉਂਦੇ ਆ ਇੱਧਰ ਸਾਡੇ ਨਵੇਂ ਪਤੰਗ ਦੇ ਵਿੱਚ ਤਣਾਵਾਂ ਪੈ ਗਈਆਂ ਤੇ ਯਾਰ ਕਾਫੀ ਪਤੰਗ ਵੀ ਉੱਡਣ ਲੱਗ ਗਏ ਤੁਸੀਂ ਚੈੱਕ ਕਰੋ 1-2-3-4 ਕਾਫੀ ਪਤੰਗ ਉੱਡਣ ਲੱਗ ਗਏ ਨੇ ਕਿੱਧਰੋਂ ਵੀ ਉੱਡ ਰਹੀ ਆ ਤੇ ਆਪਣਾ ਅਤੁਲ ਵੀ ਡਾਊਗਾ ਹੁਣ ਆਊਗਾ ਸਵਾਦ ਜਦੋਂ ਅਸੀਂ ਡਾਊਨ ਲੱਗਦੇ ਹਾਂ ਨਾ ਸਾਰੇ ਡਾਊਨ ਲੱਗ ਜਾਂਦੇ ਆ ਮਗਰੋਂ ਮੂਹਰੋਂ ਸਾਰੇ ਸਾਡੀ ਵੇਟ ਕਰਦੇ ਵੀ ਕਦ ਇਹ ਆਉਣ ਤੇ ਅਸੀਂ ਵੀ ਡਾਈਏ ਮਾਹੌਲ ਚੈੱਕ ਕਰੋ ਇੱਕ ਵਾਰ ਹਾਲੇ ਤਾਂ ਲੋਹੜੀ ਦੇ ਬਹੁਤ ਸਿਸਟਮ ਕਿਹੜਾ ਕਰਨਾ ਉਹ 'ਚ ਬਹੁਤ ਸਵਾਦ ਆਊ ਪੂਰਾ ਲਓ ਯਾਰ ਦਿਲ 'ਚੋਂ ਤੀਰ ਨਿਕਲਿਆ ਹੋਇਆ ਬਾਈ ਦਿਲ ਟੁੱਟੇ ਬੰਦਿਆਂ ਲਈ ਆਏ ਪਤੰਗ रख दे जीते मर्जी उड़न बहुत लग गए रखेगा खिचेगा खिच ला पतंग हल्का ही खिच दे फिर त सही है डोर तो आ खिच कि पीला है पीला है
नहीं पाउंदा पीला खिच दे यार जेड़ा मर्जी खिच दो रंगे ते सरां दे दे नहीं तां जेड़ा अगे उडरे सिद्धी खिचे सिद्धी सिद्धी गई बढ़ती ओए पारा हो गया चिट्टा है यार कैमरे दे विच भी घट ही दिख रहा सी ला सरां च लाई सरां दे विच लावांगे हुण लाउण लग्गिया सर्च लाई सर्च 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 पर सीधा खिंची जे खिंचेगा ओहो ओए हरे नाल लगू हरे नाल लग गया गया अपना हरे नाल लग गया सी यार पता नहीं ना लग गया वो दूर यार काफी वो हरा जा उड़दा सी ओ ना लग गया तिखी ओ भाई ओ साडा पतंग जेड़ा बड़े के लपेट लिया हरे ने जिन्हें बड़े ही ना उन्हें ही लपेट लिया बाकी इधर अतुल का भी पतंग उड़ चुकया आप भी नवे पतंग फोकस नहीं हो रहा यार आसी हुण हो गया अतुल ने पतंग अपना डा लिया तो आप भी डाने डोर देखो कि तिखी है यार हुण देखते हैं जी आ पतंग डाने तो डिजाइन चेक करो यदा भी प्लस तेला भी यदा पूरा पतला यार है ना आला डाने पतंग की सर भी तेन पता ही है फिर हौली हौली जे लै कट्ठी चढ़ते हुण है ना फिर खिंचण दा सवाद हुंदा छोटे नाल तिखी डोरा ਵੱਡਾ ਪਤੰਗ ਹਵਾ ਚ ਖਿੱਚ ਰਿਹਾ ਨਾ ਆਪਣੇ ਚੀਰੇ ਆਉਂਦੇ ਆ ਹੈ ਕਿ ਨਹੀਂ ਚਿੱਬੜਦੇ ਨੇ ਟੰਗ ਲਿਆ ਉੱਤੇ ਹੋਰ ਓਹੋ ਉਹ ਲੈ ਹੋਰ ਬੜੀ ਬੇਕਾਰ ਡੋਰ ਹੈ ਯਾਰ ਉਹੀ ਆ ਨਾ ਬਾਈ ਬੋਰ ਦੀ ਡੋਰ ਆ ਮੈਂ ਵੀ ਸਰ ਦੇ ਰਿਹਾ ਹਾਂ ਉਹ ਵੀ ਦੇ ਰਿਹਾ ਮੇਰਾ ਗਿਆ ਦੇਖੀ ਆ ਤੂੰ ਕੁਝ ਕੀਤਾ ਤਾਂ ਨਹੀਂ ਸੀ ਤੂੰ ਰੁਕ ਜਾ ਛੋਟਾ ਪਤੰਗ ਡਾਉਂਦੇ ਆ ਖਿੱਚ ਕੇ ਦੇ ਦੇ ਆ ਪਏ ਨੇ ਆਪਣੇ ਕੋਲ ਉਰੇ ਵੱਡੇ ਪਤੰਗ ਦੇ ਨਾਲ ਨਾਲ ਛੋਟੇ ਪਤੰਗ ਵੀ ਆਪਾਂ ਲੈ ਕੇ ਆਏ ਸੀ ਇੱਕ ਵਾਰ ਟਰਾਈ ਕਰਦੇ ਆ ਛੋਟੇ ਪਤੰਗਾਂ ਨਾਲ ਡਾਕੀ ਸਰ ਦੇ ਉਦੋਂ ਵੀ ਮੈਂ ਦਿੱਤੀ ਆ ਤੂੰ ਨੇ ਵੀ ਓਨੀ ਕਿ ਦਿੱਤੀ ਉਹ ਆਪਣਾ ਗਿਆ ਸੇਮ ਪਤੰਗ ਨੇ ਸਾਈਜ਼ ਤੇ ਤਾਂ ਵੀ ਆਪਣਾ ਗਿਆ ਹੁਣ ਵੀ ਦੇ ਲ ਆਪਣਾ ਹੀ ਗਿਆ मेरे ख्याल पतली ज्यादा ना डोर पतली इन्नी भी नहीं गोल्ड जिन्नी आ यार हाथ लाके जमी आ लगदा गोल्ड क्वालिटी नहीं कहन ए भाई ओथे लई फिरदा बहुत दूर देखियो अजी ना किथे आ ए दिखदा भी नहीं ओ सीगा दिखाई इधर कह के हाथों खिचांगे और डोर लाना माड़ा के ला ला वाइड ची ब्रो बस जाना चाहिए बाद चो मैं खिचन लगे हो देखी थले हथों ही जाना चाहिए चल 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 अतुल देख नाल ही खिची आंदा पतंग बहुत फुद्दू है संदीप है पतंग बहुत बेकार है उही है ना ले आंदा अतुल भी पूरा खिच के चला ले आने ओरे ओ पाड़ गया ला ला अतुल ओए आई ला ला खिचू कोई नहीं पाड़े वे नाल ही तू डोर ही निकल रही डोर पतंग ही पतंग पड़ गया आया आया कहंदा डर के ले ओ ले सारा सत्यानाश बज गया पतंग ही पड़ गया जोर इना लाया ना खिच के पतंग ही पड़ता बड़ा प्यारा डिजाइन है ब्लैक एक ही मिलया खिच बहुत घंट लगू इना
ਇੱਕ ਵਾਰ ਨਾ ਇਹ ਵੀ ਕਮੈਂਟ ਕਰਕੇ ਦੱਸਿਓ ਡਿਜ਼ਾਈਨ ਕਿਹੜੀ ਚਾਹੀਦੀ ਹੈ ਇਹਦੀ ਤਨਾਮ ਅੱਗੇ ਵਧੂ ਯਾਰ ਉਹ ਪਾੜਿਆ ਚੇਪੀ ਲਾ ਲਈ ਕਿਉਂ ਜਾਂਦਾ ਫੜ ਗਿਆ ਯਾਰ ਸਾਈਡ ਤੋਂ ਕਿੱਥੋਂ ਸਾਈਡ ਤੋਂ ਇੱਥੇ ਚੇਪੀ ਲਈ ਸੀ ਨਾ ਸਾਈਡ ਦੀ ਤੋਂ ਦੇਖਦਾ ਨਹੀਂ ਮੈਨੂੰ ਯਾਰ ਪੇਪਰ ਬੜਾ ਹਲਕਾ ਯਾਰ ਖਿੱਚ ਲਾ ਦੀਏ ਕੁਛ ਕਰ ਦੀ ਫਟ ਜਾਂਦਾ ਖੁੱਲੀ ਕਰ ਦਿੰਦੇ ਆ ਹੈ ਖੁੱਲੀ ਆ ਸਾਰਾ ਖੁੱਲੀ ਸਾਰ ਕਿੰਨੀ ਪੇ ਆ ਹੌਲੀ ਜਾਂਦਾ ਯਾਰ ਜਾਂ ਤਾਂ ਹੋਵੇ ਹਵਾ ਪੂਰੀ ਨਹੀਂ ਯਾਰ ਇੱਕ ਵਾਰ ਜੇ ਟਿੱਕ ਗਿਆ ਉਹਨੇ ਆਈ ਜਾਣਾ ਬੇ ਮੈਂ ਕਹਿੰਦਾ ਖਿੱਚ ਦੇ ਚਾਹੇ ਹੌਲੀ ਹੌਲੀ ਖਿੱਚ ਦੇ ਉਹ ਅਤੁਲ ਦਾ ਲੱਗਾ ਹੋਇਆ ਵੀ ਪਿੱਛੇ ਆ ਸਾਡਾ ਦੇਖੀ ਪੈ ਨਾ ਜਾਵੇ ਵਿੱਚ ਕਹਿੰਦੇ ਪਤੰਗ ਨੀ ਮੁੜਦਾ ਲੱਗ ਗਿਆ ਸਰ ਦਰਦੇ ਖੁੱਲੀ ਜੜ ਜਾਂਦੀ ਹੈ ਜਾਣ ਉੱਪਰ ਅਤੁਲ ਦਾ ਉਹ ਸੀ ਆਪਣਾ ਜਾ ਜਾਵੇ ਉਹ ਗਿਆ ਕੀ ਆ ਯਾਰ ਲਮਕ ਗਿਆ ਸੀ ਯਾਰ ਉਹਦਾ ਉੱਥੇ ਹੀ ਚੜਦਾ ਲੈ ਕਿੰਨੀ ਦੂਰ ਲੱਗ ਗਿਆ ਉਹਦਾ ਸੰਦੀਪ ਆਹ ਚੜ ਜਿਹੜੇ ਆਪਾਂ ਚੜਦੇ ਸੀ ਐਂਡ ਲੈਵਲ ਹੋਰ ਇਹਦੇ ਵਿਚ ਪਈ ਹੋਊਗੀ ਹੋਰ ਚੈੱਕ ਕਰਦਾ ਜਾਂ ਇਹ ਸਾਈਜ਼ ਡਾਲ ਆਹ ਸਾਰੇ ਪਤੰਗ ਅੱਜ ਬੜਵਾਏ ਪਤਾ ਨਹੀਂ ਕੀ ਹਿਸਾਬ ਆ ਕੀ ਨਹੀਂ ਜਾਂ ਤਾਂ ਉਹ ਕੋਠਾ ਘੈਂਟ ਪਤਾ ਨਹੀਂ ਯਾਰ ਕੀ ਚੱਕਰ ਆ ਪਰ ਇੰਨਾ ਪਤਾ ਸਾਰੇ ਪਤੰਗ ਅੱਜ ਬੜਵਾਏ ਨੇ ਅਸੀਂ ਪੈਰ 'ਚ ਡੋਰ ਫਸ ਗਈ ਇਹ ਸੀ ਯਾਰ ਕੁਛ 12 ਤਾਰੀ ਦਾ ਰਿਵਿਊ ਯਾਰ ਪੈਰ 'ਚ ਡੋਰ ਨਹੀਂ ਨਿਕਲਦੀ ਜੇ ਤੁਹਾਨੂੰ ਅੱਜ ਦਾ ਇਹ ਵਲੋਗ ਪਸੰਦ ਆਇਆ ਮੇਕ ਸ਼ੋਰ ਇਹਨੂੰ ਲਾਈਕ ਸ਼ੇਅਰ ਕਰਿਓ ਅਤੇ ਵੱਧ ਤੋਂ ਵੱਧ ਇਹਨੂੰ ਸ਼ੇਅਰ ਕਰਿਓ ਨੈਕਸਟ ਰਿਵਿਊ ਆਊਗਾ ਮੋਨੋਕਾਈਟ ਮਾਂਝੇ ਦਾ ਜਿਹਦੇ ਵਿੱਚ ਆਪਾਂ ਮੋਨੋਕਾਈਟ ਨੂੰ ਰਿਵਿਊ ਕਰਾਂਗੇ ਠੀਕ ਆ ਨਾ ਉਹਦੇ ਵਿੱਚ ਦੇਖਾਂਗੇ ਯਾਰ ਮੋਨੋਕਾਈਟ ਕਿੱਦਾਂ ਨਿਕਲਦਾ 12 ਤਾਰੀਖ ਤਾਂ ਇੱਦਾਂ ਹੀ ਨਿਕਲਿਆ ਅਤੇ ਜੇ ਤੁਹਾਨੂੰ 12 ਤਾਰੀਖ ਅਤੇ 16 ਤਾਰੀਖ ਦਾ ਕੰਪੈਰੀਜ਼ਨ ਚਾਹੀਦਾ ਉਹ ਵੀ ਅਸੀਂ ਲੈ ਕੇ ਆਵਾਂਗੇ ਮੇਕ ਸ਼ੋਰ ਕਰਿਓ ਲਾਈਕ ਕਰਿਓ 5 ਈਅਰ ਲਈ ਕੰਪਲੀਟ ਕਰ ਦਿਉ 12 ਤਾਰੀਖ ਅਤੇ 16 ਤਾਰੀਖ ਦਾ ਵੀ ਰਿਵਿਊ ਆਊਗਾ ਕੰਪੈਰੀਜ਼ਨ ਆਊਗਾ ਠੀਕ ਆ ਮਿਲਦੇ ਨੈਕਸਟ ਵਲੋਗ 'ਚ